ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪਹਿਲਾਂ ਪੇਸ਼ ਨਹੀਂ ਛੁਣਨੀਆ ਖਬਰਾਂ ਭਾਰਤ ਵਿੱਚ ਕਰੋਨਾ ਵੈਕਸੀਨ ਤਿਆਰ ਕੀਤੇ ਜਾਣ ਦੀ ਪ੍ਰਕਿਰਤੀ ਦੀ ਸਮੀਖਿਆ ਲਈ ਪਾਰੇ ਦੇ ਤਿੰਨ ਸ਼ਹਿਰਾਂ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਅਹਮਦਾਬਾਦ ਪਹੁੰਚੇ ਅਹਮਦਾਬਾਦ ਵਿੱਚ ਜ਼ਾਈਡਸ ਬਾਇਓਟੈਕ ਪਾਰਕ ਵਿੱਚ ਜ਼ਾਈਡਸ ਕਾਡਿਲਾ ਫਾਰਮਾਸਿਊਟੀਕਲਸ ਕੰਪਨੀ ਦੇ ਟੀਕਾ ਵਿਕਾਸ ਪ੍ਰੋਜੈਕਟ ਦਾ ਦੌਰਾ ਕੀਤਾ ਪ੍ਰਧਾਨ ਮੰਤਰੀ ਨੇ ਹైదరాబాద్ ਦੇ ਭਾਰਤ ਬਾਇਓਟੈਕ ਪ੍ਰੋਜੈਕਟ ਦਾ ਵੀ ਦੌਰਾ ਕੀਤਾ ਜਿੱਥੇ ਉਹਨਾਂ ਕੋ ਵੈਕਸੀਨ ਟੀਕੇ ਦੀ ਪ੍ਰਕਿਰਤੀ ਅਤੇ ਨਿਰਮਾਣ ਦੀ ਸਮੀਖਿਆ ਆਪਣੇ ਦੌਰੇ ਦੀ ਤੀਜੀ ਪੜਾਅ ਤਹਿਤ ਪ੍ਰਧਾਨ ਮੰਤਰੀ ਨੇ ਪੂਨੇ ਵਿੱਚ سیرਮ ਇੰਸਟੀਚਿਊਟ ਆਫ ਇੰਡੀਆ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਰੇਂਦਰ ਮੋਦੀ ਪਲਕੀ ਆਕਾਸ਼ਵਾਣੀ ਤੇ ਬਹੁਤ ਚਰਚਿਤ ਪ੍ਰੋਗਰਾਮ 'ਮਨ ਦੀ ਬਾਤ' ਦੇ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ। 'ਮਨ ਦੀ ਬਾਤ' ਪ੍ਰੋਗਰਾਮ ਦਾ ਦੂਦਸ਼ੰਭੀ ਸਾਰੇ ਚੈਨਲਾਂ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦਾਂ ਦੀਆਂ ਚੋਣਾਂ ਅਤੇ ਪੰਚਾਇਤਾਂ ਦੀਆਂ ਜ਼ਿਮਨੀ ਚੋਣਾਂ ਦੇ ਪਹਿਲੇ ਗੇੜ ਦਾ ਮਤਦਾਨ ਮੁਕੰਮਲ ਦੁਪਹਿਰ 1 ਵਜੇ ਤੱਕ 28.71 ਫੀਸਦੀ ਪੋਲਿੰਗ ਦਰਜ ਭਾਰਤ ਵਿੱਚ ਬੀਤੇ ਦਿਨ ਕੋਵਿਡ-19 ਦੇ 41322 ਨਵੇਂ ਮਾਮਲੇ ਸਾਹਮਣੇ ਆਏ ਦੇਸ਼ ਵਿੱਚ ਹੁਣ ਤੱਕ 87 ਲੱਖ 59969 ਕਰੋਨਾ ਮਰੀਜ਼ ਇਸ ਸੇਟ ਯਾਦ ਹੋਏ ਕੌਮੀ ਪੱਧਰ ਤੇ ਕਰੋਨਾ ਤੋਂ ਠੀਕ ਹੋਣ ਦੀ ਦਰ 93.68% ਤੱਕ ਪਹੁੰਚੀ ਸੇਕਤਰਮ ਦੇ ਬਾਣੀ ਪਹਿਲੀ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 ਪ੍ਰਕਾਸ਼ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਜਾਇਆ ਇਤਿਹਾਸਿਕ ਨਗਰੀ ਫਤਿਹਗੜ੍ਹ ਸਾਹਿਬ ਵਿੱਚ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਝੁਲੰਦੇ ਦੀ ਗਰੀਬ ਪਰਿਵਾਰਾਂ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਸਹੂਲਤਾਂ ਲਈ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ ਲਾਪਾਤਰੀਆਂ ਅਨੁਸਾਰ ਉਜਵਲਾ ਯੋਜਨਾ ਨੇ ਉਹਨਾਂ ਦੀ ਜ਼ਿੰਦਗੀ ਬਦਲੀ ਤੇ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤਿੰਨ ਦਿਨਾ ਮੈਚਾਂ ਦੀ ਲੜੀ ਦਾ ਦੂਜਾ ਮੈਚ ਭਲਕੇ ਸਿਡਨੀ ਵਿੱਚ ਖੇੜਿਆ ਜਾਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਵਿੱਚ ਕਰੋਨਾ ਵੈਕਸੀਨ ਤਿਆਰ ਕੀਤੇ ਜਾਣ ਦੀ ਪ੍ਰਕਿਰਤੀ ਦੀ ਸਮੀਖਿਆ ਲਈ ਭਾਰਤ ਦੇ ਤਿੰਨ ਸ਼ਹਿਰਾਂ ਦੇ ਦੌਰੇ ਤੇ ਨਿਕਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਿਰੀ ਅਹਮਦਾਬਾਦ ਪਹੁੰਚੇ ਜਿੱਥੇ ਉਹਨਾਂ ਜ਼ਾਈਡਸ ਬਾਇਓਟੈਕ ਪਾਰਕ ਵਿੱਚ ਜ਼ਾਈਡਸ ਕਾਰਦਿਲਾ ਫਾਰਮਾਸਿਊਟੀਕਲਸ ਕੰਪਨੀ ਦੇ ਟੀਕਾ ਵਿਕਾਸ ਪ੍ਰੋਜੈਕਟ ਦਾ ਦੌਰਾ ਕੀਤਾ ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਤੋਂ ਟੀਕੇ ਬਾਰੇ ਜਾਣਕਾਰੀ ਹਾਸਲ ਕੀਤੀ ਉਹਨਾਂ ਕੰਪਨੀ ਦੇ ਵਿਗਿਆਨੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਟੀਕਾ ਵਿਕਾਸ ਪ੍ਰਕਿਰਿਆ ਪ੍ਰੀਖਣ ਅਤੇ ਇਸ ਦੇ ਸਮੇਂ ਭਾਰੀ ਸਮੀਖਿਆ ਕੀਤੀ ਫਾਰਮਾਸਿਊਟੀਕਲ ਕੰਪਨੀ ਦੇ ਚੇਅਰਮੈਨ ਪੰਕਜ ਪਟੇਲ ਅਤੇ ਪ੍ਰਬੰਧ ਨਿਰਦੇਸ਼ਕ ਸ਼ਾਰਵਿਲ ਪਟੇਲ ਨੇ ਜ਼ਾਈਡਜ਼ ਬਾਇਓਟੈਕ ਪਾਰਕ ਪਹੁੰਚਣ ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਜ਼ਾਈਡਜ਼ ਕਾਰਡਿਲਾ ਫਾਰਮਾਸਿਊਟੀਕਲਸ ਕੰਪਨੀ ਆਪਣੇ ਦੂਜੇ ਪੜਾਅ ਦੇ ਪ੍ਰੀਖਣ ਦੇ ਨਤੀਜੇ ਅਗਲੇ ਹਫਤੇ ਪੇਸ਼ ਕਰ ਸਕਦੀ ਹੈ। ਦਸੰਬਰ ਵਿੱਚ ਇਹ ਤੀਜੇ ਪੜਾਅ ਦੀ ਕਲੀਨिकल ਪ੍ਰੀਖਣ ਲਈ ਅਰਜ਼ੀ ਦਾਖਲ ਕਰੇਗੀ। ਕੰਪਨੀ ਨੂੰ ਉਮੀਦ ਹੈ ਕਿ ਜੇ ਸਭ ਕੁਝ ਠੀਕ-ਠਾਕ ਰਿਹਾ ਤਾਂ ਅਗਲੇ ਸਾਲ ਮਾਰਚ ਤੱਕ ਇਹ ਟੀਕਾ ਬਣ ਜਾਵੇਗਾ। ਹੰਦਬਾਦ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਹైదరాబాద్ ਦਾ ਰੁਕ ਕੀਤਾ ਜਿੱਥੇ ਉਹ ਭਾਰਤ ਬਾਇਓਟੈਕ ਵਿਖੇ ਗਏ ਤੇ ਉਹਨਾਂ ਉੱਥੇ ਤਿਆਰ ਹੋ ਰਹੀ ਕੋਵੈਕਸਿਨ ਟੀਕੇ ਦੀ ਪ੍ਰਕਿਰਤੀ ਅਤੇ ਨਿਰਮਾਣ ਦਾ جائزہ ਲਿਆ ਕੋਵੈਕਸਿਨ ਟੀਕੇ ਦੇ ਤੀਜੇ ਪੜਾਅ ਦੇ ਪ੍ਰੀਖਣ ਚੱਲ ਰਹੇ ਨੇ ਆਪਣੇ ਦੌਰੇ ਦੇ ਅੰਤਿਮ ਪੜਾਅ ਤੇ ਪ੍ਰਧਾਨ ਮੰਤਰੀ ਪੂਨੇ ਪਹੁੰਚੇ ਜਿੱਥੇ ਉਹਨਾਂ سیرਮ ਇੰਸਟੀਚਿਊਟ ਆਫ ਇੰਡੀਆ ਵਿਖੇ ਤਿਆਰ ਕੀਤੀ ਜਾ ਰਹੀ ਕਰੋਨਾ ਵੈਕਸਿਨ ਦੀ ਪ੍ਰਕਿਰਤੀ ਦੀ ਸਮੀਖਿਆ ਕੀਤੀ ਅਤੇ ਉੱਥੋਂ ਦੇ ਵਿਗਿਆਨੀਆਂ ਨਾਲ ਇਸ ਬੰਦੀਤ ਚਰਚਾ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੀ ਆਪਣੇ ਬਹੁਤ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਤੇ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮਨ ਦੀ ਬਾਤ ਪ੍ਰੋਗਰਾਮ ਦੀ 71ਵੀਂ ਕੜੀ ਹੋਵੇਗੀ ਪ੍ਰਧਾਨ ਮੰਤਰੀ ਨੇ ਇਸ ਮਨ ਦੀ ਬਾਤ ਪ੍ਰੋਗਰਾਮ ਲਈ ਵਕਫ ਵਕ ਮੁੱਦਿਆਂ ਤੇ ਲੋਕਾਂ ਦੇ ਵਿਚਾਰ ਮੰਗੇ ਨੇ ਤਾਂ ਜੋ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾ ਸਕੇ ਆਕਾਸ਼ਵਾਣੀ ਤੇ ਹਰ ਮਹੀਨੇ ਆਖਰੀ ਐਤਵਾਰ ਪਰ ਸਾਰਿਤ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਵੱਲੋਂ ਆਪਣੇ ਮਨ ਦੀ ਬਾਤ ਕਰਨ ਦੇ ਨਾਲ ਨਾਲ ਲੋਕਾਂ ਦੇ ਵਿਚਾਰ ਵੀ ਲਈ ਜਾਂਦੇ ਨੇ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕੁਝ ਵੱਖਰਾ ਕਰਨ ਵਾਲੇ ਲੋਕਾਂ ਨਾਲ ਪ੍ਰਧਾਨ ਮੰਤਰੀ ਫੋਨ ਤੇ ਸਿੱਧੇ ਗੱਲਬਾਤ ਕਰਦੇ ਨੇ ਜਿਸ ਤੇ ਇਹ ਪ੍ਰੋਗਰਾਮ ਕਾਫੀ ਹਰਮਨ ਪਿਆਰਾ ਹੋਇਆ ਹੈ ਆਕਾਸ਼ਵਾਣੀ ਤੋਂ ਇਲਾਵਾ ਦੂਰਦਰਸ਼ਨ ਦੇ ਸਾਰੇ ਚੈਨਲਾਂ ਤੇ ਇਸ ਪ੍ਰੋਗ ਪ੍ਰੋਗਰਾਮ ਦਾ ਸਵੇਰੇ 11 ਵਜੇ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ਡीडी ਪੰਜਾਬੀ ਤੇ ਪ੍ਰਧਾਨ ਮੰਤਰੀ ਦੇ ਮਨ ਦੀ ਬਾਤ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਦੇ ਤੁਰੰਤ ਬਾਅਦ ਦਰਸ਼ਕ ਖੇਤਰੀ ਭਾਸ਼ਾ ਵਿੱਚ ਵੀ ਮਨ ਦੀ ਬਾਤ ਪ੍ਰੋਗਰਾਮ ਸੁਣ ਸਕਦੇ ਨੇ ਜਿਸ ਦਾ ਮੁੜ ਪ੍ਰਸਾਰਣ ਰਾਤ 8 ਵਜੇ ਕੀਤਾ ਜਾਵੇਗਾ ਅਸੀਂ ਆਪਣੀ ਦਰਸ਼ਕਾਂ ਨੂੰ ਦੱਸ ਦਈਏ ਕਿ ਹੁਣ ਉਹ ਮਨ ਦੀ ਬਾਤ ਪ੍ਰੋਗਰਾਮ ਆਪਣੀ ਮਨਪਸੰਦ ਭਾਸ਼ਾ ਵਿੱਚ ਫੋਨ ਤੇ ਵੀ ਸੁਣ ਸਕਦੇ ਨੇ ਇਸ ਵਾਸਤੇ 1922 ਨੰਬਰ ਡਾਇਲ ਕਰੋ ਅਤੇ ਆਪਣੀ ਮਨਪਸੰਦ ਭਾਸ਼ਾ ਵਿੱਚ ਮਨ ਦੀ ਬਾਤ ਸੁਣੋ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦਾਂ ਦੀਆਂ ਚੋਣਾਂ ਤੇ ਪੰਚਾਇਤਾਂ ਦੀਆਂ ਜ਼ਿਮਨੀ ਚੋਣਾਂ ਦੇ ਪਹਿਲੇ ਗੇੜ ਦਾ ਮਤਦਾਨ ਅਸਵੀਰੇ 7 ਵਜੇ ਸ਼ੁਰੂ ਹੋਇਆ ਜੋ ਕਿ 2 ਵਜੇ ਤੱਕ ਚੱਲਿਆ ਇਹ ਚੋਣਾਂ 8 ਪੜਾਵਾਂ ਵਿੱਚ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਵਿਕਾਸ ਪਰਿਸ਼ਦਾਂ ਦੀਆਂ ਚੋਣਾਂ ਲਈ ਸ੍ਰੇਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਸਨ ਜੰਮੂ ਕਸ਼ਮੀਰ ਵਿੱਚ ਕੁੱਲ 43 ਜ਼ਿਲ੍ਹਾ ਵਿਕਾਸ ਪਰਿਸ਼ਦਾਂ ਲਈ 296 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਅੱਜ ਜ਼ਿਲ੍ਹਾ ਪਰਿਸ਼ਦਾਂ ਦੇ 25 ਹਲਕਿਆਂ ਵਿੱਚ ਵੋਟਾਂ ਪਵਾਈਆਂ ਗਈਆਂ ਦੁਪਹਿਰ 1 ਵਜੇ ਤੱਕ 28.71 ਫੀਸਦੀ ਪੋਲਿੰਗ ਹੋਣ ਖਬਰਾਂ ਨੇ ਸਬਤ ਤੋਂ ਵੱਧ 47.44 ਫੀਸਦੀ ਪੋਲਿੰਗ ਬਡਗਾਮ ਵਿੱਚ ਦਰਜ ਕੀਤੀ ਗਈ ਜਦਕਿ ਸਬਤ ਤੋਂ ਘੱਟ ਦੱਖਣ ਕਸ਼ਮੀਰ ਦੇ ਪੁਲਵਾਮਾ ਵਿੱਚ ਦਰਜ ਹੋਈ। ਇਹਨਾਂ ਤੋਂ ਇਲਾਵਾ 94 ਹਲਕਿਆਂ ਵਿੱਚ ਸਰਪੰਚਾਂ ਦੀਆਂ ਚੋਣਾਂ ਵੀ ਕਰਵਾਈਆਂ ਗਈਆਂ ਜਿਨ੍ਹਾਂ ਲਈ ਕੁੱਲ 279 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਚੋਣਾਂ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਦੇ ਚੋਣ ਕਮਿਸ਼ਨਰ ਕੇ ਕੇ ਸ਼ਰਮਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਵਿਕਾਸ ਪ੍ਰਸ਼ਾਸਨ ਦੀਆਂ ਚੋਣਾਂ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਤੋਂ ਇਲਾਵਾ ਮਾਸਕ ਦਾ ਵੀ ਇਸਤੇਮਾਲ ਕਰਨ। ਹੁਣ ਲੋਕਾਂ ਨੂੰ ਲੋਕਤੰਤਰੀ ਸਭ ਤੋਂ ਵੱਡੇ ਤਿਉਹਾਰ ਵਿੱਚ ਹਿੱਸਾ ਲੈਣ ਲਈ ਅਤੇ ਆ

ਅਮਰੀਕਾ ਨੇ 2008 ਦੇ ਮੁੰਬਈ ਹਮਲੇ ਲਈ ਜ਼ਿੰਮੇਵਾਰ ਲਸ਼ਕਰੇ ਤੈਬਾ ਦੇ ਅਤਵਾਦੀ ਸਾਜਿਦ ਮੀਰ ਦੀ ਗ੍ਰਿਫਤਾਰੀ ਲਈ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੀ ਵਿਅਕਤੀ ਨੂੰ 5 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ ਸਾਜਿਦ ਮੀਰ ਪਾਕਿਸਤਾਨ ਸਥਿਤ ਲਸ਼ਕਰੇ ਤੈਬਾ ਅਤਵਾਦੀ ਜਥੇਬੰਦੀ ਦਾ ਇੱਕ ਸੀਨੀਅਰ ਮੈਂਬਰ ਹੈ ਅਤੇ ਨਵੰਬਰ ਵਿੱਚ ਹੋਏ ਮੁੰਬਈ ਅਤਵਾਦੀ ਹਮਲੇ ਵਿੱਚ ਉਸ ਦੀ ਸ਼ਮੂਲੀਅਤ ਕਰਕੇ ਭਾਰਤ ਸਮੇਤ ਅਮਰੀਕਾ ਲੋਕੀ ਉਸ ਦੀ ਤਲਾਸ਼ੀ ਸਮਝਿਆ ਜਾ ਰਿਹਾ ਹੈ ਕਿ ਸਾਜਿਦ ਮੀਰ ਇਸ ਸਮੇਂ ਪਾਕਿਸਤਾਨ ਵਿੱਚ ਮੌਜੂਦ ਹੈ ਅਮਰੀਕਾ ਵੱਲੋਂ ਸਾਜਿਦ ਮੀਰ ਦੀ ਗ੍ਰਿਫਤਾਰੀ ਲਈ ਇਨਾਮ ਦਾ ਐਲਾਨ ਅਮਰੀਕਾ ਪਿਆਂ ਤੋਂ ਇੱਕ ਦਿਨ ਬਾਅਦ ਆਇਆ ਇਹ ਜਿਸ ਵਿੱਚ ਉਸਨੇ ਕਿਹਾ ਸੀ ਕਿ ਅਤਵਾਦ ਵਿਰੁੱਧ ਲੜਾਈ ਵਿੱਚੋਂ ਭਾਰਤ ਨਾਲ ਖੜਾ ਹੈ ਭਾਰਤ ਵਿੱਚ ਬੀਤੇ ਦਿਨ ਕੋਵਿਡ-19 ਦੇ 41322 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਹਨਾਂ ਵਿੱਚੋਂ 77% ਦੇ ਕਰੀਬ ਮਾਮਲੇ ਸਿਰਫ 10 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸੰਬੰਧਿਤ ਸਨ। ਬੀਤੇ ਦਿਨ ਕਰੋਨਾ ਵਾਇਰਸ ਕਾਰਨ 485 ਮੌਤਾਂ ਹੋਈਆਂ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਇਸ ਸਮੇਂ ਭਾਰਤ ਵਿੱਚ 456940 ਐਕਟਿਵ ਮਰੀਜ਼ ਨੇ ਜੋ ਹੁਣ ਤੱਕ ਕਰੋਨਾ ਦੀ ਪੁਸ਼ਟੀ ਵਾਲੇ ਕੁੱਲ ਕੇਸਾਂ ਦਾ 4.87% ਬਣਦਾ ਹੈ। ਦੇਸ਼ ਵਿੱਚ ਹੁਣ ਤੱਕ 87,59,969 ਕਰੋਨਾ ਮਰੀਜ਼ੀ ਇਤਿਆਬ ਹੋ ਚੁੱਕੇ ਨੇ ਅਤੇ ਕੌਮੀ ਪੱਧਰ ਤੇ ਕਰੋਨਾ ਤੋਂ ਠੀਕ ਹੋਣ ਦੀ ਦਰ 93.68% ਤੱਕ ਪਹੁੰਚ ਗਈ ਹੈ। ਸਿਕਤਰਮ ਦੇ ਬਾਣੀ ਪਹਿਲੀ ਪਾਸਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਅਲੌਕਿਕ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਸ਼੍ਰੀ ਅਮੀਰਸਰ ਸਾਹਿਬ ਵਿਖੇ ਸਜਾਇਆ ਗਿਆ ਇਹ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਾਅਦ ਦੁਪਹਿਰ ਆਰੰਭ ਹੋਇਆ ਸੁਨਹਿਰੀ ਪਾਲਕੀ ਵਿੱਚ ਸੁਸ਼ੋਭੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤੇ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਇਤੀ ਜਾਹੋ ਜਲਾਲ ਨਾਲ ਕੱਢੇ ਗਏ ਇਸ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਬੈਂਡ ਪਾਰਟੀਆਂ ਅਤੇ ਗੱਤਕਾ ਪ ਵਧਾਰੇਆਂ ਸਨ ਨਗਰ ਕੀਰਤਨ ਵਿੱਚ ਸਬਾ ਸੁਸਾਇਟੀਆਂ ਸ਼ਬਦੀ ਜਥੇ ਸ਼੍ਰੋਮਣੀ ਕਮੇਟੀ ਦੇ ਦਰਬਾਰ ਸਾਹਿਬ ਦਾ ਸਟਾਫ ਅਤੇ ਗੁਰੂ ਜਸ ਗਾਇਨ ਕਰਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਇਹ ਲੋਕਿਕ ਨਗਰ ਕੀਰਤਨ ਅੱਜ ਸ਼ਾਮ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ ਕਰੋਨਾ ਵਾਇਰਸ ਦੇ ਮੱਦੇਨਜ਼ਰ ਨਗਰ ਕੀਰਤਨ ਦਾ ਰੂਟ ਸੀਮਿਤ ਕੀਤਾ ਗਿਆ ਸੀ ਅਤੇ ਇਹ ਨਗਰ ਕੀਰਤਨ ਸ਼੍ਰੀ ਦਰਬਾਰ ਸਾਹਿਬ ਦੇ ਚੌਗੀਰ ਦੇ ਵਿੱਚ ਪੈਂਦੇ ਬਾਜ਼ਾਰਾਂ ਵਿੱਚ ਹੀ ਸਜਾਇਆ ਗਿਆ ਨਗਰ ਕੀਰਤਨ ਦੇ ਸਾਰੇ ਰਸਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਤੇ ਦਾ ਚਰਕਾ ਕੀਤਾ ਗਿਆ ਸੰਗਤਮਲੋਂ ਨਗਰ ਕੀਰਤਨ ਲਈ ਸਜਾਵਟੀ ਗੇਟ ਲਗਾਏ ਗਏ ਸਨ ਨਗਰ ਕੀਰਤਨ ਦੌਰਾਨ ਲੰਗਰ ਅਟੁੱਟ ਵਰਤਾਏ ਗਏ ਚੌਰ ਸਾਹਿਬ ਦੀ ਸੇਵਾ ਨਿਭਾਰੇ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਕਿਆਨੀ ਜਗਤਾਰ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰਪ੍ਰਬ ਦੀ ਵਧਾਈ ਦਿੱਤੀ ਉਹਨਾਂ ਕਿਹਾ ਕਿ ਜਗਤ ਗੁਰੂ ਦੀ ਵਿਚਾਰਧਾਰਾ ਤੇ ਉਦੇਸ਼ ਸਮੁੱਚੀ ਮਨੁੱਖਤਾ ਨੂੰ ਸੇਧ ਦਿੰਦੇ ਨੇ ਤੇ ਉਹਨਾਂ ਵਿੱਚ ਮਾਨਵਤਾ ਦੇ ਮਨਾਂ ਦੀਆਂ ਉਲਝਣਾ ਤੇ ਭਟਕਣਾ ਨੂੰ ਹੱਲ ਕਰਨ ਵਾਲਾ ਅਨਮੋਲ ਖਜ਼ਾਨਾ ਹੈ ਉਹਦੇ ਇਤਿਹਾਸਿਕ ਨਗਰੀ ਫਤਿਹਗੜ੍ਹ ਸਾਹਿਬ ਜੀ ਅਸ਼ੀਗੁਰਨ ਨਾਨਕidev ji ਦੇ 551 ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਸ਼ੀਗੁਰਨ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਜੋ ਸ਼ਹਿਰ ਦੇ ਵਕਫਾ ਖਿਸਿਆਂ ਤੋਂ ਲੰਗਿਆ ਜਿੱਤੇ ਸੰਗਤਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਨਗਰ ਕੀਰਤਨ ਸਰਹੰਦ ਸ਼ਹਿਰ ਸਰਹੰਦ ਮੰਡੀ ਹਮਾਇੂਪੁਰ ਜੀਟੀ ਰੋਡ ਬਾੜਾ ਦੇ ਮੇਨ ਬਾਜ਼ਾਰ गुरुद्वारा श्री ज्योति स्वरूप साहब विखे संपन्न होया। गुरुद्वारा श्री फतेहगढ़ साहब के हेड ग्रंथी भाई हरपाल सिंह ने संगत नी के प्रकाश दिहाड़ी दधाई द बाबा बन्दा सिंह बहादुर अंतरराष्ट्रीय फाउंडेशन ਵੱਲੋਂ ਅੱਜ ਲੁਧਿਆਣਾ ਨੇੜੇ ਰਕਬਾ ਪਵਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਣ ਵਿਸ਼ੇ ਤੇ ਇੱਕ ਵਿਚਾਰ ਗੋਸ਼ਟੀ ਕਰਵਾਈ ਗਈ। ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ 바ਵਾ ਸਮੇਤ ਵਾਤਾਵਰਣ ਪ੍ਰੇਮੀਆਂ ਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਸੰਦੀਪ ਬਹਿਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਾਤਾਵਰਣ ਪ੍ਰਤੀ ਸੰਦੇਸ਼ ਅੱਜ ਵੀ ਸਾਰਥਕ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਅਤਾ ਦਾ ਅਧਿਕਾਰ ਦਿੱਤਾ ਅਤੇ ਲੋਕਾਂ ਨੂੰ ਆਪਣੀ ਆਲੀ ਦਵਾਲੀ ਨੂੰ ਸਾਫ਼ ਰੱਖਣ ਦੀ ਪ੍ਰੇਰਣਾ ਦਿੱਤੀ ਸੰਦੀਪ ਬਹਿਲ ਨੇ ਪ੍ਰਦੂਸ਼ਣ ਨੂੰ ਰੋਕਣ ਅਤੇ ਪ੍ਰਾਲੀ ਤੇ ਗੋਹੇ ਨੂੰ ਇੱਕ ਸਰੋਤ ਵਜੋਂ ਵਰਤਣ ਦੀ ਸਲਾਹ ਦਿੱਤੀ। ਇੱਕ ਹੋਰ ਬੁਲਾਰੀ ਜਗਤਾਰ ਸਿੰਘ ਤੇ ਮਾਨ ਨੇ ਗੈਰ ਸਰਕਾਰੀ ਧਾਰੀਆਂ ਨੂੰ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪਹਿਲ ਕਰਨ ਦੀ ਅਪੀਲ ਕੀਤੀ। ਉਹਨਾਂ ਪਾਣੀ ਬਚਾਉਣ, ਰਸਾਇਣਾਂ ਦੀ ਘੱਟ ਵਰਤੋਂ ਕਰਨ ਅਤੇ ਪ੍ਰਾਲੀ ਨੂੰ ਜਲਾਉਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ। ਕ੍ਰਿਸ਼ਨ ਕੁਮਾਰ ਬਾਵਾਂ ਨੇ ਕਿਹਾ ਕਿ ਪੰਜਾਬ ਦੀ ਪਛਾਣ ਇਸ ਚੰਗੀਆਂ ਰੀਤਾਂ ਲੋਕ ਭਲਾਈ ਕਾਰਜਾਂ ਅਤੇ ਸਰਬੱਤ ਦੇ ਭਲੇ ਲਈ ਹੋਣੀ ਚਾਹੀਦੀ ਹੈ ਨਾ ਕਿ ਨਸ਼ੇ ਫਜ਼ੂਲ ਖਰਚੀ ਅਤੇ ਵਾਤਾਵਰਣ ਨੂੰ ਗੰਦਲਾ ਕਰਨ ਦੇ ਸੰਬੰਧ ਵਿੱਚ। ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਮਲਕੀ ਸਿੰਘ ਦਾਖਾ ਨੇ ਕਿਹਾ ਕਿ ਸਾਨੂੰ ਸਮੇਂ ਦੀ ਹਾਣੀ ਬਣ ਕੇ ਵਾਤਾਵਰਨ ਦੇ ਪ੍ਰਦੂਸ਼ਣ ਤੋਂ ਬਚਾਅ ਕਰਨਾ ਚਾਹੀਦਾ ਹੈ। ਦੇਸ਼ ਵਿੱਚ ਇਸ ਕੋਰੋਨਾ ਕਾਲ ਦੌਰਾਨ ਵੱਖ-ਵੱਖ ਪੱਧਰ ਤੇ ਚੋਣਾਂ ਦਾ ਅਮਲ ਜਾਰੀ ਹੈ ਅਤੇ ਇਸ ਦੌਰਾਨ ਕੋਰੋਨਾ ਵਾਇਰਸ ਤੋਂ ਬਚਾ ਲਈ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਪ੍ਰਸ਼ਾਸਨ ਅਤੇ ਆਮ ਜਨਤਾ ਵੱਲੋਂ ਕੋਰੋਨਾ ਤੋਂ ਬਚਾਅ ਦੇ ਮੁਕੰਮਲ ਇੰਤਜ਼ਾਮ ਕੀਤੇ ਜਾਂਦੇ ਨੇ। ਅਜੇ ਹੀ ਇੱਕ ਮਿਸਾਲ ਫਾਜ਼ਿਲਕਾ ਵਿੱਚ ਵੇਖਣ ਨੂੰ ਮਿਲੀ ਜਿੱਥੇ ਸਰਕਾਰ ਵੱਲੋਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਚੋਣਾਂ ਦੇ ਐਲਾਨ ਤੋਂ ਬਾਅਦ ਹੀ ਫਾਜ਼ਿਲਕਾ ਨਗਰ ਕੌਂਸਲ ਦੀ ਚੋਣ ਅਧਿਕਾਰੀ ਨੇ ਦਫ਼ਤਰ ਵਿੱਚ ਕਰੋਨਾ ਪ੍ਰੋਟੈਕਸ਼ਨ ਗਾਰਡ ਲਗਾ ਦਿੱਤਾ ਹੈ ਜੋ ਫਾਜ਼ਿਲਕਾ ਜ਼ਿਲ੍ਹੇ ਦੀ ਸਰਕਾਰੀ ਦਫ਼ਤਰਾਂ ਦਾ ਪਹਿਲਾ ਪ੍ਰੋਟੈਕਸ਼ਨ ਮਾਡਲ ਹੈ ਕੱਚ ਦੇ ਕੇਰੇ ਵਿੱਚ ਬੈਠੀ ਇਹ ਫਾਜ਼ਿਲਕਾ ਨਗਰ ਕੌਂਸਲ ਦੀ ਕਾਰਜ ਸாதਕ ਅਧਿਕਾਰੀ ਨੇ ਪ੍ਰਸਾਰ ਭਾਰਤੀ ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਾਰਜ ਸாதਕ ਅਧਿਕਾਰੀ ਰਜਨੀਸ਼ ਕੁਮਾਰ ਨੇ ਕਿਹਾ ਕਿ ਇਹ ਕਰੋਨਾ ਤੋਂ ਬਚਾਤੀ ਕੋਸ਼ਿਸ਼ ਹੈ ਹੁਣਾਂ ਕਿਹਾ ਕਿ ਪਬਲਿਕ ਦਫ਼ਤਰ ਵਿੱਚ ਆਮ ਤੌਰ ਤੇ ਲੋਕ ਬਿਨਾਂ 마ਸਕ ਪਾਏ ਆ ਜਾਂਦੇ ਨੇ ਹੁਣਾਂ ਅੱਗੇ ਕਿਹਾ ਕਿ ਨਗਰ ਕਾਉਂਸਲ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਇਹ ਜਿਹੜਾ ਪਬਲਿਕ ਆਫਿਸ ਹੈ ਤੇ ਆਪਣੀਆਂ ਸਮੱਸਿਆਵਾਂ ਲਈ ਬਹੁਤ ਸਾਰੀ ਪਬਲਿਕ ਇੱਥੇ ਸਾਡੇ ਦਫ਼ਤਰ ਦੇ ਵਿੱਚ ਆਉਂਦੀ ਹੈ ਤੇ ਸਰਕਾਰ ਵੱਲੋਂ ਜਿਵੇਂ ਹਦਾਇਤਾਂ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਉਹਦੀਆਂ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਦੇ ਵਿੱਚ ਪ੍ਰੋਟੈਕਸ਼ਨ ਨਾਲ ਲਾਇਆ ਇਹਦੇ ਨਾਲ ਕਿਉਂਕਿ ਦਫ਼ਤਰ ਦੇ ਵਿੱਚ ਕੇਂਦਰੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਦੇਸ਼ ਭਰ ਦੀਆਂ ਮਹਿਲਾਵਾਂ ਨੂੰ ਬਹੁਤ ਲਾਭ ਹੋਇਆ ਹੈ। ਇਸਦੀ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਰਸੋਈ ਗੈਸ ਦੀ ਮੁਫਤ ਕਨੈਕਸ਼ਨ ਦਿੱਤੇ ਗਏ ਇਸ ਨਾਲ ਜਿੱਥੇ ਗਰੀਬ ਪਰਿਵਾਰਾਂ ਦਾ ਜੀਵਨ ਆਸਾਨ ਹੋਇਆ ਹੈ ਉੱਥੇ ਪ੍ਰਦੂਸ਼ਣ ਤੋਂ ਵੀ ਮੁਕਤੀ ਮਿਲੀ ਹੈ ਪੰਜਾਬ ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਗਰੀਬ ਪਰਿਵਾਰਾਂ ਨੇ ਲਾਭ ਲਿਆ ਜਲੰਧੇ ਦੇ ਗਰੀਬ ਪਰਿਵਾਰਾਂ ਦੀਆਂ ਕਈ ਮਹਿਲਾਵਾਂ ਨੇ ਉਜਵਲਾ ਯੋਜਨਾ ਨੂੰ ਬਹੁਤ ਹੀ ਲਾਹੇਵੰਦ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਉਹਨਾਂ ਨੂੰ ਧੂਏ ਤੋਂ ਆਜ਼ਾਦੀ ਮਿਲੀ ਹੈ ਅਤੇ ਉਹਨਾਂ ਦੀ ਜ਼ਿੰਦਗੀ ਦਾ ਕਾਇਆਕਲਪ ਹੋਇਆ ਹੈ ਇੱਕ ਲਾਭਪਾਤਰੀ ਸੁਰਜੀਤ ਕੌਰ ਨੇ ਲਾਕਡਾਊਨ ਦੌਰਾਨ ਭਾਰਤ ਸਰਕਾਰ ਵੱਲੋਂ ਗੈਸ ਸਿਲੰਡਰ ਮੁਫਤ ਦਿੱਤੇ ਜਾਣ ਲਈ ਪ੍ਰਧਾਨ ਮੰਤਰੀ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਇੱਕ ਹੋਰ ਲਾਭਪਾਤਰੀ ਪਰਿਵਾਰ ਦੇ ਇੱਕ ਮੈਂਬਰ ਵੈਦ ਪ੍ਰਕਾਸ਼ ਨੇ ਵੀ ਸਹੂਲਤ ਲਈ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਸੀਂ ਪਹਿਲਾਂ ਲੱਕੜ ਲੁਕੜ ਵਾਲਦੇ ਸੀ ਧੂਆ ਹੁੰਦਾ ਸੀ ਘਰ ਛੋਟੇ ਛੋਟੇ ਬੱਚੇ ਸੀ ਹੁਣ ਸਾਨੂੰ ਬਹੁਤ ਸਹੂਲਤ ਹੋ ਗਈ ਹੈ ਸਿਲੰਡਰ ਮਿਲ ਗਿਆ ਚੁੱਲ੍ਹਾ ਮਿਲ ਗਿਆ ਆਪਣਾ ਗੈਸ ਬਾਲਦੇ ਹਾਂ ਅਸੀਂ ਬਹੁਤ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਸਬਸਿਡੀ ਵੀ ਆ ਜਾਂਦੀ ਸਾਨੂੰ ਤੇ ਉਹਦੇ ਖਾਤੇ ਚ ਆ ਜਾਂਦੀ ਸਾਡੇ ਚਲੋ ਬਹੁਤ ਬਰਲਾ ਸਾਨੂੰ ਬਹੁਤ ਵਧੀਆ ਸਹੂਲਤ ਮਿਲ ਗਈ ਸਾਨੂੰ ਦੋ ਸਿਲੰਡਰ ਫ੍ਰੀ ਮਿਲੇ ਆ ਲੌਕਡਾਊਨ ਚ ਬਹੁਤ ਬਹੁਤ ਧੰਨਵਾਦ ਉਹ ਜੀ ਬਹੁਤ ਫਾਇਦਾ ਆਇਆ ਜੀ ਬਹੁਤ ਵਧੀਆ ਸਕੀਮ ਸਰਕਾਰ ਨੇ ਕੱਢੀ ਸੀਗੀ ਐ ਨਾਲ ਕਾਫੀ ਟਾਈਮ ਬਚਦਾ ਜੀ ਪਹਿਲਾਂ ਮੁਸ਼ਕਲ ਹੁੰਦੀ ਸੀ ਰੋਟੀ ਖਾਣਾ ਬਣਾਉਂਦੀ ਸਟੋਵ ਵਗੈਰਾ ਬਣਾਉਂਦੇ ਸੀਗੇ ਤੇ ਹੁਣ ਜਿਹੜਾ ਗੈਸ ਮਿਲਿਆ ਉਹਦੇ ਕਾਫੀ ਫਸੂਲਦਾ ਹੋਈਆਂ ਟਾਈਮ ਨਾਲ ਖਾਣਾ ਬਣਜਣਾ ਦਾ ਬੱਚੇ ਵੀ ਟਾਈਮ ਨਾਲ ਜਾ ਰਹੇ ਸਕੂਲ ਤੇ ਆਪ ਵੀ ਕੰਮ ਤੇ ਜਾਣਾ ਹੁੰਦਾ ਹੈ ਜਿਹੜਾ ਕਾਫੀ ਟਾਈਮ ਦਾ ਬਚਦਾ ਹੋ ਰਹੀ ਸਾਡੀ ਉਹ ਲੋਕ ਸਿਲੰਡਰ ਮਿਲੇ ਸੀਗੇ ਜੀ ਫ੍ਰੀਜ ਤੇ ਬਾਕੀ ਵਾਮ ਮਿਲਦੇ ਰਹਿੰਦੇ ਥੋੜੇ ਦਿੰਦੇ ਨਹੀਂ ਇਹ ਬਹੁਤ ਬਹੁਤ ਧੰਨਵਾਦੀ ਮੋਦੀ ਸਰਕਾਰ ਦਾ ਜੀ ਬਹੁਤ ਵੱਡੀਆਂ ਸਕੀਮਾਂ ਦੇ ਰਹੇ ਨੇ ਤੇ ਇਸ ਦਿਨਾਂ ਦੀ ਖਬਰਾਂ ਦਾ ਬਲੇਟਨ ਖਤਮ ਹੁੰਦਾ ਹੈ ਆਗਿਆ ਦਿਓ ਨਮਸਕਾਰ